ਇਲੈਕਸ਼ਨਾਂ ਤਾਂ ਆਉਣੀਆਂ ਹੀ ਆਉਣਾ, ਉਹਦੀ ਤਿਆਰੀ 'ਚ ਤਾਂ ਅਸੀਂ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਹਾਂ। ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਨੇ, ਅਸੀਂ 22 'ਚ ਕੀ ਕਮੀ ਰਹਿ ਗਈ? ਟਿਕਟ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ, ਜਦੋਂ ਵੀ ਉਹ ਕਰਨਗੇ, ਜਿਹੜੇ ਲਈ ਵੀ ਕਰਨਗੇ, ਉਹਦੇ ਲਈ ਪਾਰਟੀ ਦੀ ਪੂਰੀ ਤਿਆਰੀ ਹੈ। ਪੰਜਾਬ ਦੇ ਜਿਹੜੇ ਸੀ ਐਮ ਹੈਗੇ ਨੇ, ਉਹਨਾਂ ਨੇ ਸਾਫ਼ ਕਲੀਅਰ ਕਰਤਾ ਵਾ ਕਿ ਅਸੀਂ ਸਾਰੀ ਦੀ ਸਾਰੀ ਸੀਟਾਂ ਉਹਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜ੍ਹੇ ਕਰਾਂਗੇ। ਨਹੀਂ, ਸਾਡੀ ਕੀ ਜਾਨ ਨਿਕਲਦੀ ਹੈ ਉਹਨਾਂ ਵਗੈਰ? ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ, ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ। ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ, ਉਹ ਟੋਟਲ ਖਾਲੀ ਪਿਆ ਹੈ, ਅਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ? ਗੱਠਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ 'ਤੇ ਨਹੀਂ ਸੀ। ਦੇਖੋ, ਸਾਡੀ ਪਾਰਟੀ ਜਿਹੜੀ ਆ, AICC ਵੱਲੋਂ ਅਤੇ PCC ਵੱਲੋਂ ਇਹ ਮੀਟਿੰਗਾਂ ਚੱਲ ਰਹੀਆਂ ਹੈ। ਅੱਜ ਮੀਟਿੰਗ ਜਿਹੜੀ ਆ ਉਹ ਨੌਰਥ ਦੀ, ਸਾਡੇ ਸਾਰਿਆਂ ਦੇ ਸਤਿਕਾਰਯੋਗ ਅਤੇ ਸਭ ਦੇ ਸਾਡੇ ਸੀਨੀਅਰ ਸ਼੍ਰੀ ਰਕੇਸ਼ ਪਾਂਡੇ ਜੀ ਦੇ ਨੌਰਥ ਹਲਕੇ ਦੇ ਵਿੱਚ ਮੀਟਿੰਗ ਜਿਹੜੀ ਆ ਉਹ DCC ਕਮੇਟੀ ਜਿਹੜੀ ਆ ਪ੍ਰਧਾਨ, ਉਹਨਾਂ ਨੇ PCC ਅਤੇ AICC ਦੀਆਂ ਜੋ ਪਿੱਛੇ ਪ੍ਰੋਗਰਾਮ ਆ, ਮੈਂ ਤੁਹਾਨੂੰ ਆ ਇੱਕ ਪ੍ਰੋਗਰਾਮ ਦਾ ਦਿਖਾਉਣਾ ਵੀ ਆ। ਸਾਡੇ ਦੋਨੋਂ ਹੀ ਬਲੋਕ ਪ੍ਰੈਜ਼ੀਡੈਂਟ ਨੌਰਥ ਦੇ, ਜਿਨ੍ਹਾਂ ਦਾ ਅਸੀਂ ਬਹੁਤ ਦੋਨਾਂ ਦਾ ਧੰਨਵਾਦ ਕਰਦੇ ਹਾਂ, ਇਹ ਮੀਟਿੰਗ ਕੀਤੀ ਆ, ਜਿਹਦੇ ਵਿੱਚ ਸਾਡੇ ਮਹਿਲਾ ਕਾਂਗਰਸ ਪ੍ਰਧਾਨ, ਜਿਹਦੇ ਵਿੱਚ ਸਾਰੇ ਹੀ ਕੌਂਸਲਰ ਇਲੈਕਸ਼ਨਾਂ ਲੜਨ ਵਾਲੇ, ਵਾਰਡ ਪ੍ਰਧਾਨ, ਮੰਡਲ ਪ੍ਰਧਾਨ ਅਤੇ ਫਰੰਟਲ ਔਰਗਨਾਈਜੇਸ਼ਨ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ। ਜ਼ਿਲ੍ਹੇ ਦੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਸਨ, ਅਤੇ ਆ ਇੱਕ ਏਜੰਡਾ ਸੀ ਮੀਟਿੰਗ ਦਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਂਡੇ ਜੀ ਅਤੇ ਜ਼ਿਲ੍ਹਾ ਪ੍ਰਧਾਨ ਜੀ, ਕਿਉਂਕਿ ਇਹਨਾਂ ਵੱਲੋਂ ਅਸੀਂ ਬੇਨਤੀਆਂ ਕੀਤੀਆਂ ਵੀ ਤਕਰੀਬਨ ਜਿਹੜਾ ਇਹ ਹਰ ਜਿਹੜਾ ਕੌਂਸਲਰ ਦੀ ਇਲੈਕਸ਼ਨ ਲੜਨਾ ਚਾਹੁੰਦਾ, ਜਿਹੜਾ ਥੋੜ੍ਹਾ ਲੰਬਾ ਹੋ ਜਾਏਗਾ, ਉਦੋਂ ਬਾਅਦ ਤੁਸੀਂ ਜਿਵੇਂ ਵੀ ਉਹ ਦੂਜੇ ਬਿਆਨ ਬਾਅਦ 'ਚ ਕਰਾਂਗੇ, ਇਹ ਆ ਵੀ ਤੁਹਾਡੇ ਰਾਹੀਂ ਜਿੰਨੇ ਵੀ ਕੌਂਸਲਰ ਦੇ ਉਮੀਦਵਾਰ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ, ਜਿਨ੍ਹਾਂ ਨੇ ਆਪਣੇ ਆਪਣੇ ਜਮ੍ਹਾਂ ਵੀ ਕਰਾਇਆ ਫਾਰਮ, ਉਹਨਾਂ ਨੇ ਹਰ ਬੂਥ 'ਤੇ ਜਿਵੇਂ ਸਾਡੀ ਪਾਰਟੀ ਨੂੰ 138 ਸਾਲ ਹੋ ਗਏ ਆ, 138 ਸਾਲ ਹੋ ਗਏ ਆ, ਅਤੇ ਉਹਨਾਂ ਨੇ 138 ਰੁਪਏ ਹਰ ਬੂਥ 'ਤੇ 10-10 ਜਣਿਆਂ ਦੇ ਜਮ੍ਹਾਂ ਕਰਾਉਣੇ ਆ ਹਰ ਬੂਥ ਤੋਂ। ਤਕਰੀਬਨ ਉਰੇ 200 ਦੇ ਕਰੀਬ ਨੌਰਥ ਜਿਵੇਂ ਬੂਥ ਆ, ਅਤੇ ਉਦੋਂ ਬਾਅਦ ਇੱਕ ਇਹ ਸੀ ਵੀ ਜਿਹੜੇ ਕੌਂਸਲਰ ਨੇ, ਕੌਂਸਲਰ ਸਵਾਰ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ, ਜੇ ਉਹ 13,800 ਆਪਣੇ 3800 ਭਰਾ 1,038 ਰੁਪਏ ਭਰਾ ਸਕਦੇ ਆ, ਜਾਂ ਜਿੰਨਾ ਵੀ ਉਹਨਾਂ ਦੀ ਮਰਜ਼ੀ ਆ, ਉਹ ਇਹ ਉਹਨਾਂ ਨੂੰ ਕਿਹਾ ਹੈ। ਇਸੇ ਤਰੀਕੇ ਨਾਲ ਬਲੋਕ ਪ੍ਰਧਾਨ, ਵਾਰਡ ਪ੍ਰਧਾਨ, ਉਹਨਾਂ ਨੂੰ ਵੀ 1,380 ਰੁਪਏ ਜਿਹੜੇ ਆ ਉਹਨਾਂ ਨੂੰ ਬੇਨਤੀ ਕੀਤੀ ਹੈ 61, ਕਿਉਂਕਿ ਇੱਕ ਸਰਟੀਫਿਕੇਟ ਜਨਰੇਟ ਹੋ ਰਿਹਾ, ਅਤੇ ਮਾਣ ਸਤਿਕਾਰ ਹੀ ਹੁੰਦਾ ਨਾ ਜਦੋਂ ਉਹ ਇਹ ਜਮ੍ਹਾਂ ਕਰਾਉਣਗੇ ਆਪਣੇ ਆਪ ਮੋਬਾਈਲ 'ਚੋਂ ਉਹਨਾਂ ਦੇ ਨਾਂ 'ਤੇ, ਉਹਦੇ ਉੱਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਖੜਗੇ ਸਾਹਿਬ ਦੇ ਜਾਂ ਵੀਨੂ ਗੋਪਾਲ ਜੀ ਦੇ ਉਹਦੇ ਸਾਈਨ ਹੋਏ ਆ, ਉਹ ਸਰਟੀਫਿਕੇਟ ਉਹਨਾਂ ਦੇ ਨਾਂ 'ਤੇ ਆਏਗਾ, ਅਤੇ ਉਹਨੂੰ ਉਹ ਪ੍ਰਿੰਟ ਕੱਢ ਕੇ ਆਪਣੇ ਘਰ, ਕਿਉਂਕਿ ਪਾਰਟੀ ਤਾਂ ਮਾਂ ਹੈ ਨਾ, ਪਰਿਵਾਰ, ਉਹਦੇ ਕਰਕੇ ਉਹਨੂੰ ਬੜਾ ਉਹ ਮਾਣ ਅਤੇ ਸ਼ਾਨ ਨਾਲ ਆਪਣਾ ਰੱਖਣਗੇ। ਉਦੋਂ ਬਾਅਦ ਸਾਰੇ ਹੀ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ, ਕਿਉਂਕਿ ਅਸੀਂ ਸਾਰੇ ਪ੍ਰਧਾਨਾਂ ਨੂੰ 31 ਮੈਂਬਰ ਕਮੇਟੀ ਜਿਹੜੇ ਸਾਡੇ ਬਲੋਕ ਪ੍ਰਧਾਨ ਨੇ, ਇਹਨਾਂ ਦੀ ਦੋ ਨੇ ਇੱਕ ਵਿਧਾਨ ਸਭਾ ਹਲਕੇ 'ਚ 31 ਮੈਂਬਰ ਕਮੇਟੀ
ਬਣਾਈ ਹੋਈ ਆ। ਇਹ ਸੀ ਵੀ ਅੱਗੇ ਮੀਟਿੰਗਾਂ ਸਾਡੀਆਂ ਇੰਚਾਰਜ ਨਾਲ ਹੋਣੀਆਂ ਅਤੇ ਖੜਗੇ ਸਾਹਿਬ ਆਪ ਆ ਰਹੇ ਨੇ ਅਤੇ ਉਹ ਸਾਰਾ ਇਹ ਮੀਟਿੰਗ ਸੀ ਵੀ ਕੀ ਕਮੇਟੀਆਂ ਪ੍ਰੋਪਰ ਬਣ ਚੁੱਕੀਆਂ। ਉਦੋਂ ਬਾਅਦ ਇਹਨਾਂ ਨੇ ਥੱਲੇ ਮੰਡਲ ਪ੍ਰਧਾਨ, ਹਰ 20 ਬੂਥ ਵਾ, ਹਰ 20 ਬੂਥ ਦਾ ਇੱਕ ਮੰਡਲ ਪ੍ਰਧਾਨ ਜਿਹੜਾ ਹੈ ਉਹ ਬਣਾਇਆ ਹੈ ਜ਼ਿਲ੍ਹਾ ਪ੍ਰਧਾਨ ਅਤੇ ਸਾਡੇ ਬਲੋਕ ਪ੍ਰਧਾਨਾਂ ਨੇ ਅਤੇ ਵਾਰਡ ਪ੍ਰਧਾਨਾਂ ਨੇ, ਇੱਕ ਹੈ ਮੰਡਲ ਪ੍ਰਧਾਨ। ਅਤੇ ਉਹਨਾਂ ਨੇ ਜਿਹੜੀ ਆ ਆਪਣੀ ਜਿਹੜੀ ਆ ਹਰ ਇੱਕ ਕਮੇਟੀ ਆ ਜਿਹੜੀ ਉਹ ਵੀ 21 ਮੈਂਬਰ ਦੀ, 21 ਮੈਂਬਰ ਕਮੇਟੀ ਆ ਜਿਹੜੀ ਹਰ ਮੰਡਲ ਨੇ, ਜਿਵੇਂ ਹਰ 20 ਬੂਥ ਵਾਰ ਇੱਕ ਮੰਡਲ, ਇੱਕ ਮੰਡਲ ਨੇ ਆਪਣੀ 21 ਮੈਂਬਰ ਕਮੇਟੀ ਉਹ ਬਣਾਉਣੀ ਆ। ਅਤੇ ਉਦੋਂ ਬਾਅਦ ਇੱਕ ਅਸੀਂ ਇਹ, ਕਿਉਂਕਿ ਉਦਣ ਬੜਾ ਵੱਡਾ ਦਿਨ ਆ 30 ਤਰੀਕ ਨੂੰ, ਉਦਣ ਘਰਾਂ ਦੇ ਉੱਤੇ ਇਹ ਰੱਖਿਆ ਹੈ ਵੀ ਪਹਿਲਾਂ ਉਹ 26 ਜਨਵਰੀ ਨੂੰ ਸੀ, 26 ਜਨਵਰੀ ਨੂੰ ਕਿਉਂਕਿ ਬਹੁਤ ਪ੍ਰੋਗਰਾਮ ਹੁੰਦੇ ਆ ਹੋਰ, ਅਤੇ ਹੁਣ 30 ਇਹਨੂੰ ਜਨਵਰੀ ਨੂੰ ਕੀਤਾ। ਉਦਣ ਸਾਡੇ ਬਹੁਤ ਹੀ ਮਾਣ ਸਤਿਕਾਰਯੋਗ ਸਾਡੇ ਰਾਸ਼ਟਰਪਿਤਾ ਸਾਡੇ ਮਹਾਤਮਾ ਗਾਂਧੀ ਜੀ, ਉਹਨਾਂ ਦੇ ਦਿਨ 'ਤੇ ਤਕਰੀਬਨ ਜਿਹੜੇ ਆ ਉਹ ਹਰ ਵਿਧਾਨ ਸਭਾ 'ਚ ਆਪ ਜਿੰਨੇ ਵੀ ਲੱਗ ਸਕਣ, 2600 ਲੱਗ ਸਕੇ, ਜਿੰਨਾ ਵੀ ਝੰਡਾ ਵੱਧ ਤੋਂ ਵੱਧ ਲੱਗ ਸਕੇ ਉਹ ਲਾਉਣਾ ਹੈ। ਝੰਡਾ ਕਿਹੜਾ ਸਰ? ਕਾਂਗਰਸ ਪਾਰਟੀ ਦਾ, ਕਾਂਗਰਸ ਪਾਰਟੀ ਦਾ ਝੰਡਾ, ਇਹ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਨੇ ਸਾਰੇ। ਕਿਉਂ ਉਦੋਂ ਬਾਅਦ ਅਸੀਂ ਸਾਰਿਆਂ ਨੇ ਰਾਮ ਮੰਦਰ ਜੀ ਦਾ ਪ੍ਰੋਗਰਾਮ ਬਣਾਇਆ ਸੀ, ਉਹ ਬੜਾ ਵਧੀਆ 22 ਤਰੀਕ ਨੂੰ ਸਾਰੀ ਪਾਰਟੀ ਨੇ ਕਿਸੇ ਵੀ ਲੈਵਲ 'ਤੇ ਹਰ ਨੇ ਰਾਮ ਜੀ ਦੇ ਉਦਣ ਗੁਣਗਾਨ ਕੀਤਾ, ਉਦਣ ਝੰਡੇ ਚੜ੍ਹਾਏ ਰਾਮ ਜੀ ਦੇ, ਹਨੂੰਮਾਨ ਜੀ ਦੇ, ਅਤੇ ਦੀਪਮਾਲਾ ਹੈ ਜਿਹੜੀ ਉਹ ਸਭ ਨੇ ਕੀਤੀ ਆ। ਉਦੋਂ ਬਾਅਦ ਇਹ ਕਿਹਾ ਵੀ ਮੀਡੀਆ ਅੱਜ ਬਹੁਤ ਵੱਡਾ ਇੱਕ, ਟੈਲੀਫੋਨਾਂ 'ਤੇ ਜਿਹੜੇ ਅੱਜ ਹਰ ਬੰਦਾ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਹਰ ਪ੍ਰੋਗਰਾਮ ਜਿਹੜਾ ਪਾਰਟੀ ਦਾ ਕੋਈ ਵੀ ਵਰਕਰ ਕਰਦਾ ਹੈ ਉਹ ਇੰਸਟਾਗ੍ਰਾਮ 'ਤੇ ਪਾਵੇ ਵੱਧ ਤੋਂ ਵੱਧ, ਕਿਉਂਕਿ ਅੱਜ ਇਹ ਇੱਕ ਬਹੁਤ ਵੱਡਾ ਅੰਗ ਆ। ਅਤੇ ਸਭ ਤੋਂ ਅਖੀਰ 'ਚ 26 ਤਰੀਕ ਨੂੰ ਇੱਕ, ਕਿਉਂਕਿ ਉਦਣ ਸਾਡਾ ਬਹੁਤ ਵੱਡਾ ਪਵਿੱਤਰ ਦਿਨ ਆ 26 ਜਨਵਰੀ ਨੂੰ, ਅਸੀਂ ਤਿਰੰਗਾ ਯਾਤਰਾ ਹੈ ਜਿਹੜੀ ਉਹ ਸਾਰੇ ਹੀ ਅਸੀਂ ਮੋਟਰਸਾਈਕਲ ਯਾਤਰਾ ਹੈ ਉਹ ਕਰ ਰਹੇ ਹਾਂ। ਅਤੇ ਬਹੁਤ ਹੀ ਤੁਹਾਡੇ ਰਾਹੀਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਅਕਰੋਸ ਦੀ ਪਾਰਟੀ ਲਾਈਨ ਵੀ ਇਹ ਤਿਰੰਗੇ ਦੇ ਨਾਂ 'ਤੇ ਜਿਹੜੀ ਆ ਉਹ ਆਪਣੀ ਸ਼ਮੂਲੀਅਤ ਕਰਨ। ਇਹਦੇ ਵਿੱਚ ਨੌਜਵਾਨ ਸਾਡੇ ਨੇ ਸਾਰੇ ਉਹ ਮੋਟਰਸਾਈਕਲਾਂ 'ਤੇ, ਇਹ ਕੋਸ਼ਿਸ਼ ਆ ਵੀ ਜਿਹੜੀ ਸਾਡੀਆਂ ਮਹਿਲਾਵਾਂ ਨੇ, ਮਹਿਲਾ ਕਾਂਗਰਸ ਵੀ ਹੈ ਅਤੇ ਬਾਕੀ ਵੀ, ਜੇ ਸਾਰਿਆਂ ਨੂੰ ਅਪੀਲ ਆ, ਮਹਿਲਾ ਜਿੰਨੇ ਵੀ ਆਪਣੀ ਸਕੂਟੀਜ਼ 'ਤੇ ਆ ਸਕਦੀਆਂ ਹੈ, ਜੇ ਕੋਈ ਬਜ਼ੁਰਗ ਨੇ ਉਹਨਾਂ ਲਈ ਅਸੀਂ ਪ੍ਰਬੰਧ ਕਰਾਂਗੇ, ਬੈਟਰੀ ਜੇ ਹੋਣਗੇ, ਜੇ ਚਾਹੁਣਗੇ ਬੈਟਰੀ ਆਪਰੇਟਰ ਜਿਹੜੇ ਉਹ 3 ਵੀਲਰ ਅੱਜ ਕੱਲ੍ਹ ਆ ਗਏ ਨੇ ਉਹ ਬੜੇ ਵਿਦਆਊਟ ਪੋਲਿਊਸ਼ਨ, ਉਹ ਅਸੀਂ ਖੜ੍ਹੇ ਕਰਾਂਗੇ। ਜੇ ਕੋਈ 3 ਉਹ ਨਹੀਂ ਸਕੂਟੀ 'ਤੇ ਬਹਿ ਸਕੂਗਾ ਜਾਂ ਨਹੀਂ ਚਲਾ ਸਕੂਗਾ ਤਾਂ ਉਹਦੇ ਵਿੱਚ ਬਹਿ ਜਾਏਗਾ। ਅਤੇ ਇਹ 26 ਤਰੀਕ ਨੂੰ ਸਾਡਾ ਜਿਹੜਾ ਇਹ ਇੱਕ ਜਿਹੜਾ ਇਹ ਪ੍ਰੋਗਰਾਮ ਆ, ਇਹ ਚੀਜ਼ਾਂ ਸਾਰੀਆਂ ਅਸੀਂ ਇਦੋਂ ਬਾਅਦ ਅਸੀਂ ਅੱਜ, ਕਿਉਂਕਿ ਕਈ ਇਹ ਗੱਲਾਂ ਸਾਹਮਣੇ ਆਈਆਂ ਸੀ 2 ਸਾਲ ਕਿਉਂਕਿ ਆਪਰੇਸ਼ਨ 'ਚ ਹੋ ਗਏ ਸਾਨੂੰ, ਅਸੀਂ ਬੜਾ ਟਾਈਮ ਦੇ ਤਾ। ਹੁਣ ਇਦੋਂ ਬਾਅਦ ਅਸੀਂ ਥੱਲੇ ਕੌਂਸਲਰ ਲੈਵਲ 'ਤੇ 3 ਵਾਰਡ ਨੇ ਜਿਹੜੇ ਕੌਂਸਲਰਾਂ ਦੇ, ਉਹਦੇ ਉੱਤੇ ਅਸੀਂ ਜਿਹੜੀਆਂ ਮੀਟਿੰਗਾਂ ਕਰਾਂਗੇ, ਉਹ ਅਰੇਂਜਮੈਂਟ ਸਾਰਾ ਸਾਡਾ 3 ਵਾਰਡਾਂ ਦਾ ਹਰ ਵਿਧਾਨ ਸਭਾ ਹਲਕੇ 'ਚ ਹੋਏਗਾ। ਅੱਛਾ ਬਿੱਟੂ ਜੀ, ਪਹਿਲਾਂ ਕਮਰ ਕੱਸ ਲਈ ਹੈ ਰਮਨੀਤ ਸਿੰਘ ਬਿੱਟੂ ਨੇ, ਕਮਰ ਕੱਸ ਲਈ ਹੈ ਕਿ ਜਿਤਨੇ ਜਿਤਨਾ ਵਾ? ਨਹੀਂ, ਹਜੇ ਦੇਖੋ ਜਿਹੜਾ ਪਾਰਟੀ ਦਾ ਤਾਂ ਹਜੇ ਤਾਂ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਗਾ, ਹਜੇ ਕੋਈ ਇਲੈਕਸ਼ਨ ਡਿਕਲੇਅਰ ਨਹੀਂ, ਪਰ ਕਾਂਗਰਸ ਪਾਰਟੀ, ਕਿਉਂਕਿ ਇਲੈਕਸ਼ਨਾਂ ਤਾਂ ਆਉਣੀਆਂ ਹੀ ਆ, ਇਹ ਵੀ ਸੀ ਵੀ ਕੌਂਸਲਰ ਦੀਆਂ ਆਉਂਦੀਆਂ, ਪਾਰਲੀਮੈਂਟ ਦੀਆਂ ਆਉਂਦੀਆਂ, ਕਿਹੜੀ ਇਲੈਕਸ਼ਨਾਂ ਤਾਂ ਆਉਣੀਆਂ ਹੀ ਆਉਣਾ, ਉਹਦੀ ਤਿਆਰੀ 'ਚ ਤਾਂ ਅਸੀਂ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਹਾਂ। ਅਤੇ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ,
ਪਹਿਲਾਂ ਤਾਂ ਇਹ ਮੀਟਿੰਗਾਂ ਉਹ ਮੀਟਿੰਗਾਂ ਨੇ ਰਿਵਿਊ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਨੇ, ਅਸੀਂ 22 'ਚ ਕੀ ਕਮੀ ਰਹਿ ਗਈ, ਉਹ ਸਾਰੀਆਂ ਚੀਜ਼ਾਂ ਪਹਿਲਾਂ ਸਟ੍ਰੀਮਲਾਈਨ ਕਰਕੇ ਮੰਥਨ ਕਰਕੇ ਫਿਰ ਇੰਚਾਰਜ ਆਉਣਗੇ, ਇੰਚਾਰਜ ਤੋਂ ਬਾਅਦ ਫਿਰ ਪ੍ਰਧਾਨ ਛੱਡ ਕੇ ਖੜਗੇ ਸਾਹਿਬ ਆਉਣਗੇ, ਉੱਦਾਂ ਅਸੀਂ ਟੌਪ ਗੇਅਰ 'ਚ ਪੈ ਜਾਵਾਂਗੇ ਉਹ ਫਰਵਰੀ ਦੇ ਮਹੀਨੇ 'ਚ ਕਿਸੇ ਵੇਲੇ ਵੀ, ਜਿਹੜਾ ਕਿਉਂਕਿ ਪਾਰਲੀਮੈਂਟ ਸੈਸ਼ਨ ਆ 10 ਤਰੀਕ ਤੱਕ, 10 ਤਰੀਕ ਤੋਂ ਬਾਅਦ ਜਿਹੜਾ ਹੈ ਉਹ ਸਾਡੇ ਉਰੇ ਪ੍ਰਧਾਨ ਆਉਣਗੇ ਅਤੇ ਪੂਰਾ ਸਟ੍ਰੀਮਲਾਈਨ ਕਰਕੇ ਸਾਡੀ ਕਾਂਗਰਸ ਪਾਰਟੀ ਟੌਪ ਗੇਅਰ 'ਚ ਹੋਏਗੀ। ਟਿਕਟ ਦਾ ਫੈਸਲਾ ਤਾਂ ਹਾਈਕਮਾਂਡ ਨੇ ਕਰਨਾ, ਜਦੋਂ ਵੀ ਉਹ ਕਰਨਗੇ ਜਿਹੜੇ ਦੀ ਵੀ ਕਰਨਗੇ ਉਹਦੇ ਲਈ ਪਾਰਟੀ ਦੀ ਪੂਰੀ ਤਿਆਰੀ ਆ। ਅੱਛਾ, ਇੰਡੀਆ ਗੱਠਜੋੜ ਦੀ ਗੱਲ ਕੀਤੀ ਜਾ ਰਹੀ ਸੀ, ਅੱਜ ਲੁਧਿਆਣਾ ਪੰਜਾਬ ਦੇ ਜਿਹੜੇ CM ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਵਾ ਕਿ ਅਸੀਂ ਸਾਰੀ ਦੀ ਸਾਰੀ ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜ੍ਹੇ ਕਰਾਂਗੇ। ਅਤੇ ਸਾਡੀ ਕੀ ਇਟ ਮੀਨਸ ਕਿ ਗੱਠਜੋੜ ਪੰਜਾਬ 'ਚ ਨਹੀਂ ਹੋ ਰਿਹਾ? ਨਹੀਂ, ਸਾਡੀ ਕੀ ਜਾਨ ਨਿਕਲਦੀ ਹੈ ਉਹਨਾਂ ਬਗੈਰ? ਅਸੀਂ ਕਦ ਕਿਹਾ ਵੀ ਅਸੀਂ ਗੱਠਜੋੜ ਕਰਨਾ ਹੈ? ਉਹ ਇੰਡੀਆ ਅਲਾਇੰਸ ਆ ਜਿਹੜਾ, ਉਹ ਪਾਰਲੀਮੈਂਟ 'ਚ ਅਸੀਂ ਉਹ ਉੱਥੇ ਕਰਦੇ ਹਾਂ, ਔਰ ਇੱਕ ਸਰਕਾਰ ਦੇ ਉਲਟ ਓਪੋਜੀਸ਼ਨ ਇੱਕ ਬਣੀ ਹੋਈ ਆ। ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ, ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ, ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ, ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਉਹ ਟੋਟਲ ਖਾਲੀ ਪਿਆ ਏ, ਅਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ? ਜਿਹੜਾ 22 'ਚ ਸਾਡੇ 'ਤੇ ਸੀ ਚੀਜ਼ਾਂ ਅੱਜ ਉਹਨਾਂ 'ਤੇ ਆ, ਅਸੀਂ ਤਾਂ ਸਮਾਂ 'ਤੇ ਅੱਜ ਮਤਲਬ ਫਰੀ ਹੈਂਡ ਆ ਸਾਡੇ ਕਹਿ ਸਕਦੇ ਫਿਰ ਹਵਾ 'ਚ ਸੀਗਾ ਸਾਰਾ ਗੱਠਜੋੜ? ਨਹੀਂ, ਗੱਠਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ 'ਤੇ ਨਹੀਂ ਸੀ,